ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਪੀਐਸ ਟੈਟ 2024 ਜਾਣ ਕੇ ਪੰਜਾਬ ਟੈਟ 2024 ਲਈ ਤਿਆਰੀ ਕੀਤੇ ਗਏ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮੇਰੇ ਤੋਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਐਸਐਸਏ ਪੰਜਾਬ ਵੱਲੋਂ ਰਾਜ ਵਿਦਿਅਕ ਖੋਜ ਅਤੇ ਸਖਲਾਈ ਪਰਿਸ਼ਦ ਪੰਜਾਬ ਅਧੀਨ ਪੰਜਾਬ ਵਿੱਚ ਹੁੰਦੇ ਪੀਐਸਟੈਟ ਅਤੇ ਵੱਖ-ਵੱਖ ਪ੍ਰੀਖਿਆਵਾਂ ਅਧੀਨ ਐਗਜ਼ਾਮ ਡੇਟ ਆਊਟ ਕਰ ਦਿੰਦੀ ਹੈ ਜੈਸਾ ਦਿਨ ਜੁਆਇੰਟ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਐਨ ਐਮ ਐਮ ਐਸ ਐਸ ਕਲਾਸ 8ਵੀਂ ਅਤੇ 10ਵੀਂ ਅਧੀਨ ਐਗਜ਼ਾਮ 31 ਮਾਰਚ 2024 ਦਿਨ ਐਤਵਾਰ ਮੈਰੀਟੋਰੀਅਲ ਸਕੂਲ ਅਧੀਨ ਐਗਜ਼ਾਮ ਐਸ ਓ ਈ ਫਾਰ 9ਥ ਕਲਾਸ 30 ਮਾਰਚ 2024 ਦਿਨ ਸ਼ਨੀਵਾਰ ਮੈਰੀਟੋਰੀਅਸ ਐਸ ਓ ਈ 11ਵੀਂ ਕਲਾਸ ਲਈ 17 ਮਾਰਚ 2024 ਦਿਨ ਐਤਵਾਰ ਜਦ ਕਿ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ 2024 ਦਾ ਐਗਜ਼ਾਮ 26 ਮਈ 2024 ਦਾ ਨ ਐਤਵਾਰ ਨੂੰ ਹੋਵੇਗਾ ਸੋ ਜਿਹੜੇ ਵੀ ਕੈਂਡੀਡੇਟ ਪੀਐਸ ਟੈਟ 2024 ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦਾ ਪੇਪਰ 26 ਮਈ 2024 ਨੂੰ ਹੋਵੇਗਾ ਜੋ ਕਿ ਐਸਐਸਏ ਪੰਜਾਬ ਵੱਲੋਂ ਇਹ ਸ਼ਡਿਊਲ ਜਾਰੀ ਕੀਤਾ ਗਿਆ ਹੈ ਸੋ ਪੀਐਸ ਟੈਟ ਲਈ ਕਦੋਂ ਤੋਂ ਕੈਂਡੀਡੇਟ ਅਪਲਾਈ ਕਰ ਸਕਣਗੇ ਅਪਲਾਈ ਕਰਨ ਦੀ ਲਾਸਟ ਡੇਟ ਐਪਲੀਕੇਸ਼ਨ ਫੀਸ ਅਤੇ ਬਾਕੀ ਸ਼ਰਤਾਂ ਸੰਬੰਧੀ ਅਫੀਸ਼ੀਅਲ ਨੋਟੀਫਿਕੇਸ਼ਨ ਜਲਦੀ SSC ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਤੇ ਅਪਡੇਟ ਕਰ ਦਿੱਤਾ ਜਾਵੇਗਾ ਸੋ ਕੈਂਡੀਡੇਟ ਰੈਗੂਲਰ sscpunjab.org ਤੇ ਵਿਜ਼ਿਟ ਕਰਦੇ ਰਹੋ ਸੋ ਪੀਐਸਟੈਟ 2024 ਅਧੀਨ ਆਉਣ ਵਾਲੀ ਹਰ ਨਵੀਂ ਅਪਡੇਟ ਲਈ ਤੁਸੀਂ ਸਾਡੇ YouTube ਚੈਨਲ ਇਨਦਰ ਇੰਟਰਨੈਟ ਕੈਫੇ ਨਾਲ ਜੁੜੇ ਰਹੋ ਤਾਂ ਜੋ ਤੁਹਾਨੂੰ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਮਿਲਦੀ ਰਹੇ ਸੋ ਤੁਸੀਂ ਸਾਡੇ ਟੈਲੀਗ੍ਰam ਗਰੁੱਪ INDEER07500 ਨੂੰ ਵੀ ਫੋਲੋ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਜੌਬ ਨੋਟੀਫਿਕੇਸ਼ਨ ਹਰ ਅਪਡੇਟ ਮਿਲ ਸਕੇ ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਸੋ ਪੀਐਸ ਟੈਟ 2024 ਸਬੰਧੀ ਹਰਦਮੇ ਹੀ ਅਪਡੇਟ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਾਵਾਂਗੇ ਅਗਲੀ ਵੀਡੀਓ ਵਿੱਚ ਇੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ